ਆਪਣੇ ਮਾਲ ਹੈ ਇਹ। ਹਾਂ ਇਹ ਸਾਰਾ ਮੇਰਾ ਇੱਧਰ ਆਇਆ ਕੰਧ ਦੇ ਉੱਪਰ। ਹਾਂ ਤਾਂ ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਘਰ ਨੂੰ ਉੱਚਾ ਕਰਦੇ ਸਮੇਂ ਵੱਡਾ ਹਾਦਸਾ ਹੋਇਆ ਤਾਂ ਸਾਰਾ ਮਕਾਨ ਹੇਠਾਂ ਡਿੱਗ ਗਿਆ, ਢਹਿ ਢੇਰੀ ਹੋ ਗਿਆ ਤਾਂ ਮਲਬੇ ਦੇ ਹੇਠ 4 ਮਜ਼ਦੂਰ ਵੀ ਦਬ ਗਏ ਨੇ। ਤਾਂ ਦੱਸ ਦਈਏ ਕਿ ਇਹ ਮਕਾਨ ਪੁਰਾਣਾ ਸੀ ਅਤੇ ਇਸ ਦੇ ਉੱਤੇ ਮੁਰੰਮਤ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਉੱਚਾ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਹੀ ਇਹ ਘਰ ਮੌਕੇ 'ਤੇ ਢਹਿ ਢੇਰੀ ਹੋ ਜਾਂਦਾ ਹੈ ਅਤੇ ਇਸ ਦੇ ਹੇਠ 4 ਮਜ਼ਦੂਰ ਦੱਬ ਜਾਂਦੇ ਨੇ। ਤਾਂ ਦੱਸ ਦਿਓ ਕਿ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਜਿੱਥੇ ਘਟਨਾ ਦੀ ਜਾਣਕਾਰੀ ਮਜ਼ਦੂਰਾਂ ਦੇ ਇੱਕ ਸਾਥੀ ਦੇ ਵੱਲੋਂ ਦਿੱਤੀ ਗਈ ਜਿਸਦਾ ਕਹਿਣਾ ਹੈ ਕਿ ਕਰੀਬ 1 ਅਪ੍ਰੈਲ ਤੋਂ ਇੱਥੇ ਕੰਮ ਚੱਲ ਰਿਹਾ ਅਤੇ ਅੱਜ ਵੀ ਅਸੀਂ ਰੋਜ਼ਾਨਾ ਦੀ ਤਰ੍ਹਾਂ ਮੁਰੰਮਤ ਦਾ ਕੰਮ ਕਰਨ ਆਏ ਸੀ ਤਾਂ ਅਚਾਨਕ ਹੀ ਇਹ ਸਾਰਾ ਮਕਾਨ ਥੱਲੇ ਡਿੱਗ ਜਾਂਦਾ ਹੈ ਤਾਂ ਇਸੇ ਦੌਰਾਨ 4 ਮਜ਼ਦੂਰ ਇਸ ਮਲਬੇ ਦੇ ਹੇਠ ਦੱਬ ਜਾਂਦੇ ਨੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੌਕੇ 'ਤੇ ਇਹਨਾਂ ਨੂੰ ਬਚਾਉਣ ਦੇ ਲਈ ਟੀਮ ਵੀ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਟਰ ਦੇ ਨਾਲ ਇਸ ਮਲਬੇ ਨੂੰ ਕੱਟਿਆ ਜਾ ਰਿਹਾ ਕਿਉਂਕਿ ਇਸ ਦੇ ਹੇਠ 4 ਮਜ਼ਦੂਰ ਦੱਬੇ ਹੋਏ ਨੇ, ਉਹਨਾਂ ਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਰੋਪੜ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਘਰ ਨੂੰ ਉੱਚਾ ਕਰਨ ਦਾ ਕੰਮ ਚੱਲ ਰਿਹਾ ਸੀ ਤਾਂ ਇਸ ਦੌਰਾਨ ਇਹ ਸਾਰਾ ਮਕਾਨ ਹੇਠਾਂ ਡਿੱਗ ਜਾਂਦਾ, ਢਹਿ ਢੇਰੀ ਹੋ ਜਾਂਦਾ ਤਾਂ ਇਸ ਦੇ ਹੇਠ 4 ਮਜ਼ਦੂਰ ਦੱਬ ਜਾਂਦੇ ਨੇ ਜਿਨ੍ਹਾਂ ਨੂੰ ਕੱਢਣ ਦੇ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਹੋ ਚੁੱਕਿਆ ਅਤੇ ਲਗਾਤਾਰ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਗੱਲ ਹੋਈ? ਗੱਲ ਕੀ, ਚੜਾਈ ਉਹ ਮੁੰਡੇ ਚੜਾਈ ਕਰਦੇ ਪਏ ਸੀ, ਮੈਂ ਇੱਥੇ ਤੋਂ ਬਾਹਰ ਕੋਈ ਅੰਦਰ ਲੈ ਜਾਂਦਾ ਸੀ ਤਾਂ ਮੈਂ ਪਾਣੀ ਪੀਣ ਨੂੰ ਚਲਾ ਗਿਆ, ਬਸ ਉਹਨਾਂ ਦੇ ਸੱਟ ਲੱਗਣੀ ਸੀ ਜਾਂ ਦਬਣੀ ਸੀ, ਉਹ ਇੱਕਦਮ ਬਿਲਡਿੰਗ ਨੀਚੇ ਆ ਗਈ, ਅੱਧੀ ਅੱਧੀ ਤਾਂ ਦੀਵਾਰਾਂ ਪੂਰੀ ਠੋਸ ਕਰੀ ਹੋਈ ਸੀ, ਠੋਸ ਕਰਕੇ ਨਾ ਛੱਡੀ ਹੋਈ ਸੀ, ਇੱਕ ਦੋ ਦੀਵਾਰ ਰਹਿੰਦੀ ਸੀ। ਕਿੰਨੇ ਬੰਦੇ ਸੀਗੇ, ਕਿੰਨੇ ਦਿਨ ਹੋ ਗਏ ਇੱਥੇ ਲੱਗੇ? ਪਹਿਲੀ ਤਰੀਕ ਨੂੰ ਲੱਗੇ ਸੀ, 5 ਬੰਦੇ ਆ। ਕਿੰਨੇ ਦਾ ਮਕਾਨ ਹੈ? ਮਕਾਨ ਇਹ ਸਰਦਾਰਾਂ ਦਾ, ਇਸ ਦਾ ਨਾਮ ਪਤਾ ਜੀ? ਨਾਮ ਦਾ ਮੈਨੂੰ ਪਤਾ ਨਹੀਂ। ਅੱਛਾ, ਕਿੰਨੇ ਬੰਦੇ ਹੈ ਜੀ? SDO ਹੈ, PWD ਵਾਲਾ ਵਿੱਚ SDO ਸੀ, ਉਹਦੀ ਕੋਠੀ ਚੱਕੀ ਜਾਂਦੀ। ਕਿੰਨੇ ਬੰਦੇ ਥੱਲੇ ਦੱਬੇ ਪਏ ਹੋਣੇ? 5 ਉੱਪਰੇ ਮਾਲ ਹੈ ਇਹ। ਹਾਂ ਇਹ ਸਾਰਾ ਮੇਰਾ ਇੱਧਰ ਆਇਆ ਕੰਧ ਦੇ ਉੱਪਰ। ਹਾਂ ਤਾਂ ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਘਰ ਨੂੰ ਉੱਚਾ ਕਰਦੇ ਸਮੇਂ ਵੱਡਾ ਹਾਦਸਾ ਹੋਇਆ ਤਾਂ ਸਾਰਾ ਮਕਾਨ ਹੇਠਾਂ ਡਿੱਗ ਗਿਆ, ਢਹਿ ਢੇਰੀ ਹੋ ਗਿਆ ਤਾਂ ਮਲਬੇ ਦੇ ਹੇਠ 4 ਮਜ਼ਦੂਰ ਵੀ ਦੱਬ ਗਏ ਨੇ। ਤਾਂ ਦੱਸ ਦਈਏ ਕਿ ਇਹ ਮਕਾਨ ਪੁਰਾਣਾ ਸੀ ਅਤੇ ਇਸ ਦੇ ਉੱਤੇ ਮੁਰੰਮਤ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਉੱਚਾ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਹੀ ਇਹ ਘਰ ਮੌਕੇ 'ਤੇ ਢਹਿ ਢੇਰੀ ਹੋ ਜਾਂਦਾ ਹੈ ਅਤੇ ਇਸ ਦੇ ਹੇਠ 4 ਮਜ਼ਦੂਰ ਦੱਬ ਜਾਂਦੇ ਨੇ। ਤਾਂ ਦੱਸ ਦਿਓ ਕਿ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਜਿੱਥੇ ਘਟਨਾ ਦੀ ਜਾਣਕਾਰੀ ਮਜ਼ਦੂਰਾਂ ਦੇ ਇੱਕ ਸਾਥੀ ਦੇ ਵੱਲੋਂ ਦਿੱਤੀ ਗਈ ਜਿਸਦਾ ਕਹਿਣਾ ਹੈ ਕਿ ਕਰੀਬ 1 ਅਪ੍ਰੈਲ ਤੋਂ ਇੱਥੇ ਕੰਮ ਚੱਲ ਰਿਹਾ ਅਤੇ ਅੱਜ ਵੀ ਅਸੀਂ ਰੋਜ਼ਾਨਾ ਦੀ ਤਰ੍ਹਾਂ ਮੁਰੰਮਤ ਦਾ ਕੰਮ ਕਰਨ ਆਏ ਸੀ ਤਾਂ ਅਚਾਨਕ ਹੀ ਇਹ ਸਾਰਾ ਮਕਾਨ ਥੱਲੇ ਡਿੱਗ ਜਾਂਦਾ ਤਾਂ ਇਸੇ ਦੌਰਾਨ 4 ਮਜ਼ਦੂਰ ਇਸ ਮਲਬੇ ਦੇ ਹੇਠ ਦੱਬ ਜਾਂਦੇ ਨੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੌਕੇ 'ਤੇ ਇਹਨਾਂ ਨੂੰ ਬਚਾਉਣ ਦੇ ਲਈ ਟੀਮ ਵੀ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਟਰ ਦੇ ਨਾਲ ਇਸ ਮਲਬੇ ਨੂੰ ਕੱਟਿਆ ਜਾ ਰਿਹਾ ਕਿਉਂਕਿ ਇਸ ਦੇ ਹੇਠ 4 ਮਜ਼ਦੂਰ ਦੱਬੇ ਹੋਏ ਨੇ, ਉਹਨਾਂ ਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਰੋਪੜ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਘਰ ਨੂੰ ਉੱਚਾ ਕਰਨ ਦਾ ਕੰਮ ਚੱਲ ਰਿਹਾ ਸੀ ਤਾਂ ਇਸ ਦੌਰਾਨ ਇਹ ਸਾਰਾ ਮਕਾਨ ਹੇਠਾਂ ਡਿੱਗ ਜਾਂਦਾ, ਢਹਿ ਢੇਰੀ ਹੋ ਜਾਂਦਾ ਤਾਂ ਇਸ ਦੇ ਹੇਠ 4 ਮਜ਼ਦੂਰ ਦੱਬ ਜਾਂਦੇ ਨੇ ਜਿਨ੍ਹਾਂ ਨੂੰ ਕੱਢਣ ਦੇ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਹੋ ਚੁੱਕਿਆ ਅਤੇ ਲਗਾਤਾਰ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਗੱਲ ਹੋਈ? ਗੱਲ ਕੀ,
ਚੜਾਈ ਕੋਈ ਮੁੰਡੇ ਚੜਾਈ ਕਰਦੇ ਪਏ ਸੀ, ਮੈਂ ਇੱਥੇ ਤੋਂ ਬਾਹਰ ਤੋਂ ਅੰਦਰ ਲੈ ਜਾਂਦਾ ਸੀ ਅਤੇ ਮੈਂ ਪਾਣੀ ਪੀਣ ਨੂੰ ਚਲਾ ਗਿਆ। ਬਸ ਉਹਨਾਂ ਦੇ ਸੱਟ ਲੱਗਣੀ ਸੀ ਜਾਂ ਦਬਣੀ ਸੀ, ਉਹ ਇੱਕਦਮ ਬਿਲਡਿੰਗ ਨੀਚੇ ਆ ਗਈ। ਅੱਧੀ ਅੱਧੀ ਤਾਂ ਦੀਵਾਰਾਂ ਪੂਰੀ ਠੋਸ ਕਰੀ ਹੋਈ ਸੀ, ਠੋਸ ਕਰਕੇ ਨਾ ਛੱਡੀ ਹੋਈ ਸੀ, ਇੱਕ ਦੋ ਦੀਵਾਰ ਰਹਿੰਦੀ ਸੀ। ਕਿੰਨੇ ਬੰਦੇ ਸੀਗੇ, ਕਿੰਨੇ ਦਿਨ ਹੋ ਗਏ ਇੱਥੇ ਲੱਗੇ? ਪਹਿਲੀ ਤਰੀਕ ਨੂੰ ਲੱਗੇ ਸੀ, ਪੰਜ ਬੰਦੇ ਆ। ਕਿੰਨੇ ਦਾ ਮਕਾਨ ਹੈ? ਮਕਾਨ ਇਹਨਾਂ ਸਰਦਾਰਾਂ ਦਾ। ਇਸ ਦਾ ਨਾਮ ਪਤਾ ਜੀ? ਨਾਮ ਦਾ ਮੈਨੂੰ ਪਤਾ ਨਹੀਂ। ਅੱਛਾ, ਕਿੰਨੇ ਬੰਦੇ ਆ ਜੀ? ਐਸ ਡੀ ਓ ਹੈ, ਇਹ ਪੀ ਡਬਲਿਊ ਡੀ ਵਾਲਿਆਂ ਵਿੱਚ ਐਸ ਡੀ ਓ ਸੀ, ਉਹਦੀ ਕੋਠੀ ਚੱਕੀ ਜਾਂਦੀ ਸੀ। ਕਿੰਨੇ ਬੰਦੇ ਥੱਲੇ ਦੱਬੇ ਪਏ ਹੋਣੇ? ਪੰਜ।